ਉਸ ਨਾਲ ਖੜੀ ਹੋ ਤੂੰ ਮਾਂ ਭੈਣ ਦੀਆਂ ਗਾਲਾਂ ਨਹੀਂ ਕੱਢ ਸਕਦਾ। ਫਿਰ ਮੈਂ ਕੰਨ ਚ ਕੱਢ ਲੈਂਦਾ, ਪਰ ਫਿਰ ਦੇਖ ਲੋ ਨਾ ਤਾਂ ਗਾਲ ਕੱਢਣ ਵਾਲੇ ਨੂੰ ਸਵਾਦ ਆਣਾ ਨਾ ਸੁਣਨ ਵਾਲੇ ਨੂੰ ਆਣਾ। दोनों डर गए जिनी देर हूं चलूगा चलाना ही पैना वा छेती तू भरजाई लेके तू निकल यार हूं खड़े पैरी लेके निकल जा थले बैठ ਲੈ ਹੁਣ ਬੈਠੇ ਪਰੀ ਹੋ ਗਿਆ ਹੁਣ ਨਿਕਲ ਇੱਕ ਗੱਲ ਸੁਣ ਲਓ ਜੀਜੂ ਐਨੂੰ ਮੈਂ ਆਪਣੇ ਦਿੱਤੇ ਦਾ ਘਰ ਨੇ ਉੱਟਣ ਦਿਆ ਸੱਚੀ ਮੇਰੇ ਕੋਲੋਂ ਹੋਰ ਬਰਦਾਸ਼ਤ ਨਹੀਂ ਹੋਣਾ ਮੇਰਾ ਤੁਸੀਂ ਸਵੇਰੇ ਹਿਸਾਬ ਕਰਦੇ ਹੋ ਬਸ ਉਹ ਤੂੰ ਸਵੇਰ ਨੂੰ ਰੋਣੀ ਆ ਮੈਨੂੰ ਲੱਗ ਰਿਹਾ ਸੀ ਜੀਜੂ ਤੇਰਾ ਹੁਣ ਹਿਸਾਬ ਤਾਬ ਕਰਨ ਨੂੰ ਸਾਲਾ ਇਹ ਜਿਹਾ ਗੰਦਾ ਸਾਲਾ ਨਾ ਚਿੱਟਾ ਨਾ ਕਰ ਕੱਟ ਸਿਆਣੇ ਕਹਿੰਦੇ ਆ ਜੇ ਸਿੱਧੀ ਉਂਗਲੀ ਨਾਲ ਕਿਉਂ ਨਾ ਨਿਕਲੇ ਉਂਗਲੀ ਟੇਢੀ ਕਰ ਲੈਣੀ ਚਾਹੀਦੀ ਹੈ ਤੇ ਵੱਧ ਸਿਆਣੇ ਪਤਾ ਹੀ ਕਹਿੰਦੇ ਆ ਵੀ ਆਪਾਂ ਉਂਗਲੀ ਲਬੇੜਦੀ ਕਿਉਂ ਹੈ ਕਿਸੇ ਨੂੰ ਕਹਿੰਦੇ ਆ ਨਾ ਕਿਉਂ ਕੱਢ ਕੇ ਸਾਡੀ ਕੋਲੀ ਚ ਪਾ ਦੇ ਐਡਵੋਕੇਟ ਢਿੱਲੋਂ ਨੇ ਗਾਲਾਂ ਕੋਈ ਟਾਈਮ ਹੀ ਨਹੀਂ ਪਾਇਆ ਕੀਲਾਂ ਦੀ ਯੂਨੀਫਾਰਮ ਮੈਂ ਤਾਂ ਪਾਇਆ ਕੋਈ ਕਾਲੇ ਕੱਚੇ ਵਾਲਾ ਕਹਿੰਦਾ ਸੁਣਿਆ ਵੀ ਕਾਲਾ ਕੱਚੂ ਹੀ ਨਹੀਂ ਪਾਇਆ ਸਾਲੀ ਗੰਦੀ ਔਲਾਦ ਨਾ ਮਜ਼ਾ ਨਾ ਸੁਆਦ ਯਾਰ ਮੈਂ ਤੱਕਦਾ ਰਹਿੰਦੀ ਆ ਤੂੰ ਹੌਲੀ ਬੋਲ ਇਸਨੇ ਦੇਖ ਲਿਆ ਪੰਗਾ ਪੈ ਚੁੱਕਾ ਘਰ ਦਾ ਟਾਈਮ ਹੋ ਗਿਆ ਪਾਰਟੀ ਲੈ ਕੇ ਆ ਗਈ ਚੁੱਪ ਕਰਕੇ ਦੁੱਧ ਦੇ ਦੇ ਮੈਂ ਸੌ ਰਿਹਾ ਵੇਰ ਕਾ ਦਾ ਲਿਆਂਦਾ ਨਾ ਹਟ ਅੱਜ ਬਿੱਲੂ ਕੱਲਾ ਨਹੀਂ ਇੱਕ ਧੀ ਦਾ ਬਾਪ ਵੀ ਆਇਆ ਲਾ ਫਿਰ ਉਹਨਾਂ ਨੂੰ ਧੀ ਦਾ ਬਾਪ ਮੈਂ ਹੀ ਹਾਂ ਸਰ ਤੇਰੇ ਪਤੀ ਦੀ ਲੱਤ ਗਈ ਵਿੱਚ ਤੇਰਾ ਪਤੀ ਲੱਗ ਆਊਟ ਹੋ ਗਿਆ ਤੁਸੀਂ ਕੀ ਕਹਿ ਰਹੇ ਹੋ ਜਸ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਮੇਰੇ ਲੱਤ ਵਾਲੇ ਪਤੀ ਦਾ ਤੂੰ ਕੀ ਕਰੇਂਗੀ ਚੰਗਾ ਲੱਗੂ ਤੇਰਾ ਪਤੀ ਤੇਰੇ ਨਾਲ ਪੱਟਿਆ ਤੇ ਐ ਚੱਲਦਾ ਤੇਰੇ ਪਿਓ ਦੇ ਮੂੰਹੋਂ ਆਪ ਸੁਣ ਕੇ ਆਇਆ ਕਿ ਤੂੰ ਵਿਆਹ ਹੋਇਆ ਮੇਰੀ ਸ਼ਕਲ ਤੋਂ ਲੱਗਦਾ ਮੈਂ ਵਿਆਹ ਹੋਇਆ ਐਦਾਂ ਤਾਂ ਮੈਨੂੰ ਵੀ ਦੇਖ ਕੇ ਨਹੀਂ ਪਤਾ ਲੱਗਦਾ ਹੋਣਾ ਵੀ ਮੈਂ ਵਿਆਹ ਹੋਇਆ ਤੁਹਾਡੀ ਤਾਂ ਬੇਟੀ ਖੜੀ ਹੈ ਨਾ ਜੀ ਜਾਤੀ ਹੈ ਹੁਣ ਲੱਗਦਾ ਮੈਂ ਵਿਆਹ ਹੋਇਆ